ਸਮਾਰਟ ਫਾਰਮਿੰਗ ਤੇ ਸਾਰੇ ਕਿਸਾਨ ਵੀਰਾਂ ਦਾ ਵੈਲਕਮ। ਕਿਸਾਨ ਵੀਰੋ, ਕਣਕ ਦੇ ਵਿੱਚ ਨਦੀਨ ਹੋਣੇ ਸਟਾਰਟ ਹੋ ਗਿਆ ਤੇ ਆਪਾਂ ਇਸ ਬਾਰੇ ਤੁਹਾਡੇ ਨਾਲ ਵਿਚਾਰ ਸਾਂਝਾ ਕਰਨ ਲਈ ਲਾਈਵ ਹੋ ਰਿਹਾ। ਦੋ ਦਿਨ ਬਾਅਦ ਕਿਹੜੇ ਨਦੀਨ ਤੇ ਕਿਹੜੀ ਦਵਾਈ ਕੰਮ ਕਰਦੀ ਆ, ਕਿੰਨੇ ਪੱਤਿਆਂ ਤੇ ਕਰਦੀ ਆ, ਕਿੰਨਾ ਪਾਣੀ ਲਾਉਣਾ ਚਾਹੀਦਾ, ਕਿਹੜੀ ਨਿਊਜ਼ਲ ਲਾਉਣੀ ਵਰਤਣੀ ਚਾਹੀਦੀ ਆ ਸਪਰੇ ਕਰਨ ਵਾਸਤੇ, ਤਾਂ ਉਸ ਤੋਂ ਕਰਨ ਸਮੇਂ ਉਸ ਸਪਰੇ ਨੂੰ ਕਰਨ ਸਮੇਂ ਮੌਸਮ ਕਿਵੇਂ ਦਾ ਹੋਣਾ ਚਾਹੀਦਾ ਹੈ, ਤੇ ਇਹ ਸਾਰੀਆਂ ਜਾਣਕਾਰੀਆਂ ਤੁਹਾਡੇ ਨਾਲ ਦੋ ਦਿਨ ਬਾਅਦ ਸਮਾਰਟ ਫਾਰਮਿੰਗ ਤੇ ਲਾਈਵ ਹੋ ਕੇ ਤੁਹਾਨੂੰ ਜਾਣਕਾਰੀ ਦੇਵਾਂਗੇ। ਕਿਹੜੀ ਸਪਰੇ ਕਦੋਂ ਕਰਨੀ ਆ, ਕਿੰਨਾ ਪਾਣੀ ਲਾਉਣਾ, ਕਿਸ ਨਿਯੋਜਨ ਨਾਲ ਕਰਨੀ ਆ। ਇਸ ਲਈ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ, ਤੇ ਜਿਹੜੇ ਕਿਸਾਨ ਵੀਰਾਂ ਨੇ ਸਮਾਰਟ ਫਾਰਮਿੰਗ ਪੇਜ ਲਾਈਕ ਨਹੀਂ ਕਰਿਆ ਉਹ ਜ਼ਰੂਰ ਲਾਈਕ ਕਰਿਓ, ਤਾਂ ਕਿ ਤੁਹਾਡੇ ਕੋਲ ਸਮੇਂ ਸਮੇਂ 'ਤੇ ਜਿਹੜੀ ਜਾਣਕਾਰੀ ਆ ਉਹ ਮਿਲਦੀ ਰਹੇ। ਧੰਨਵਾਦ।